मैं तेरा दुख और वेदना समझती हूँ, लेकिन ये भी सत्य है कि तेरी कोख मेरे रणपत की अमानत है। तेरा जीवन बहुमूल्य है, उसकी संतान को जन्म देना, अच्छी तरह पालन पोषण करना, पढ़ाना लिखाना, अच्छे संस्कार देना, जोगी जी, हम दोनों का पिंडदान हरिद्वार में आप करोगे। जो आज्ञा माँ। इस अमर कथा का एक और विशेष पात्र अवधू जोगी है। उसने माता आलमा को वचन दिया था कि वो दाता रणपत और माता आलमा की अस्थि भस्म को गंगा में प्रवाहित करेगा। पिंड पानी देन अब तो आरी द्वार गई जाई, पिंड पानी देन अब तो आरी द्वार गई। अपने दिए वचन को निभाते हुए अवधू जोगी ने रणपत और माता आलमा का पिंड दान किया। और अस्थि भस्म को पवित्र गंगा में प्रवाहित किया। तभी उसे दाता रणपत और माता आलमा के दिव्य दर्शन हुए। अब्दु जोगी, अपनी गायकी के द्वारा बांगी चाड़क को बता दो कि उसने जो भी किया गलत किया। जाओ बेटा, खुश रहो। दाता ने सजे पत्थर पर बाले आदिता कार पजाई, दाता ने सजे पत्थर पर बाले। और उन दिव्य दर्शनों से मिले एक निर्देश के अनुसार अवधु जोगी एक दिन बांगी की हवेली में जा पहुंचा। बांगी चाड़ के गी पोड़ने लिया उन दवाई, बांगी चाड़ के कोड़ कई गया जेड़ बचदा नहीं, ए नहीं मरदा नहीं बचदा ए बीमारी, उन नहीं मरदा नहीं बचदा ए बीमारी। सबने लोकें जोगी सत्या गल सुनाई। पुरोहित जी, मेरे पुरोहित जी, दादा जी, बड़ा कष्ट है, बड़ा कष्ट है। मुझे माफ करें, मुझे मुक्ति दिलाए दादा जी, मुझे मुक्ति दिलाए, मुझे मुक्ति दिलाए,
मुझे मुक्ति दे। राजा जी सब ठीक हो जाएगा। ਕਿੰਗ ਵਜਾਂਦਾ ਮੁੰਡੀ ਲਾਦਾ ਦਿੰਦਾ ਗੱਲ ਇੱਕ ਬਾਹਮਣ ਤੋਂ ਬ੍ਰਾਹਮਣੀ ਆਉਂਦੀ ਅਤੇ ਆਈ ਇੱਕ ਬ੍ਰਾਹਮਣ ਤੋਂ ਬ੍ਰਾਹਮਣੀ ਆਉਂਦੀ ਅਤੇ ਆ ਵਾਂਗੀ ਜਾੜ ਕੇ ਕਤਲ ਕੀਤਾ ਰਾ ਇਹ ਅਤੇ ਆਈ ਵਾਂਗੀ ਚਾੜ ਕੇ ਕਤਲ ਕੀਤਾ ਲਾ ਇਹ ਅਤਿਆ ਜੇ ਤੁਸ ਬਚਣਾ ਚਾਹੁੰਦੇ ਹੋ ਲੈਓ ਜਾਤੀ ਬਟਾਈ ਇਹ ਜੇ ਤੁਸ ਬਚਣਾ ਚਾਹੁੰਦੇ ਹੋ ਲੈਓ ਜਾਤੀ ਬਟਾਈ ਜਾਤੀ ਬਟਾਂਦੇ ਚਾੜਕ ਨੱਸਦੇ ਕੁਦਾ ਕੁਦਾ ਵਸਦੇ ਜਾਈ ਉਹ ਜਾਤੀ ਬਟਾਂਦੇ ਚਾੜਕ ਨੱਸਦੇ ਕੁਦਾ ਕੁਦਾ ਵਸਦੇ ਬੋਲੀਏ ਦਾਦਾ ਰਾਮਾ ਦੇਵ ਜੀ ਮਹਾਰਾਜ ਕੀ। ਸਮੇਂ ਗਤੀਮਾਨ ਹੈ ਔਰ ਇਸ ਪੁੰਨ ਭੂਮੀ ਪਰ उन महान विभूतियों को समर्पित समारोहों और मेलों का आयोजन पूरी आस्था भक्ति भाव और श्रद्धा से आज भी होता है। ऐसी मान्यता है कि दाता रणपत जी को समर्पित इस पवित्र तालाब में स्नान करने से विभिन्न प्रकार के चर्म रोगों से मुक्ति मिलती है। ਸਾਡੇ ਦਾਤਾ ਦੇਵ ਜੀ ਮਹਾਰਾਜ ਜਿਹੜੇ ਹੈ ਉਹ ਇੱਕ ਐਸੇ ਵਿਅਕਤੀ ਹੈ ਜਿਹਨੇ ਸੱਚਾਈ ਦੇ ਉੱਪਰ ਆਪਣੇ ਪ੍ਰਾਣ ਦੀ ਆਹੁਤੀ ਦੇ ਦਿੱਤੀ ਲੇਕਿਨ ਉਹਨੇ ਝੂਠ ਨਹੀਂ ਬੋਲਿਆ ਔਰ ਉਹ ਉਸ ਵੇਲੇ ਦੇ ਸਰਪੰਚ ਹੈ ਅੱਜ ਵੀ ਪੰਚਾਇਤਾਂ ਬਣੀਦੀਆਂ ਹਨ ਇਹਦੇ ਕੋਲ ਪਹਿਲਾਂ ਵੀ ਥੋੜ੍ਹਾ ਚਿਰ ਬਣੀਆਂ ਹੋਣੀਆਂ ਹਨ ਉਹਦੇ ਕੋਲ ਪਹਿਲਾਂ ਵੀ ਪੰਚਾਇਤਾਂ ਹੁੰਦੀਆਂ ਹਾਂ ਲੇਕਿਨ ਸਹੀ ਪੰਚਾਇਤ ਦਾਤਾ ਰਣਪਤ ਦੇਵ ਜੀ ਮਹਾਰਾਜ ਨੇ ਕੀਤੀ ਦਾਤਾ ਰਣਪਤ ਦੇਵ ਜੀ ਸਦੀ ਕੇ ਮਹਾਨ ਲੋਕ ਨਾਇਕ ਸਿੱਧ ਹੋਏ ਉਹਨਾਂ ਸਮਾਜਿਕ ਸਮਾਨਤਾ ਅੱਛਾਈ ਔਰ ਸੱਤੇ ਕੀ ਸਥਾਪਨਾ ਕੇ ਲੀਏ ਜੀਵਨ ਭਰ ਭਰਪੂਰ ਪ੍ਰਯਾਸ ਕੀਆ ਔਰ ਇਸਕੇ ਲੀਏ ਕਾਮ ਵੀ ਕੀਆ ਉਹਨਾਂ ਸੱਤੇ ਕੀ ਸਥਾਪਨਾ ਕੇ ਲੀਏ ਸਮਾਜਿਕ ਸਮਾਨਤਾ ਕੇ ਲੀਏ ਆਪਣਾ ਜੀਵਨ ਤੱਕ ਬਲੀਦਾਨ ਦੇ ਦਿਆ। ਦਾਤਾ ਦੇਵ ਦੀਆਂ ਦੋ ਮੇਲਾਂ ਹੁੰਦੀਆਂ ਨੇ ਇੱਕ ਦਸੰਬਰ ਮਹੀਨਾ ਅਤੇ ਇੱਕ ਜੂਨ ਮਹੀਨਾ ਅਤੇ ਗੱਲ ਇਹ ਵੀ ਇਹ ਸ਼ਹੀਦੀ ਦਿਨ ਦਾਜ ਦਾ ਮੰਨੇ ਦਾ ਅਸੀਂ ਇਹਦੇ ਕੰਨਾਂ ਇਹਦੀ ਮਾਤਾ ਸਦੀ ਹੋਈ ਦੀ ਕੁੱਤਾ ਸਦੀ ਹੋਏ ਦਾ ਘੋੜਾ ਸਦੀ ਹੋਏ ਦਾ ਅਤੇ ਉਹ ਦੋਵੇਂ ਬਰਾਦਰੀ ਜਿਹੜੀਆਂ ਇਕੱਠੀਆਂ ਰਲੀ ਹੈ ਅਤੇ ਦਾਜ ਦੀ ਮੇਲ ਜਿਹੜੀਆਂ ਕਰਦੇ ਨੇ ਉਹਦਾ ਜਿਹੜਾ ਦੁੱਖ ਜਿਹੜਾ ਉਹ ਆਪਣਾ ਜਿਹੜਾ ਦਿਲਾਂ ਦਾ ਗੋਬਰ ਹੈ ਉਹ ਇੱਥੇ ਕੱਢਦੇ ਨੇ। ਅੱਜ ਕੋਲੋਂ ਕੋਈ 400-500 ਸਾਲ ਪਹਿਲਾਂ ਤਕਰੀਬਨ ਦਾਤਾ ਰਣਪਤ ਦੇਵ ਜੀ ਦੀ ਹੱਤਿਆ ਕੀਤੀ ਗਈ ਸੀ। ਅੱਜ ਦਾ ਦਿਨ ਤਿੰਨ ਜਗ੍ਹਾ ਦਾਤਾ ਦੇਵਸਥਾਨ ਕੇ ਅਸ ਮੇਲ ਮਨਾਉਂਦੇ ਹਾਂ ਦਾਤਾ ਦਾ ਤਲਾਬ ਦਾਤੇ ਦਾ ਦੇਰਾ ਔਰ ਦੇਵਸਥਾਨ ਵੀਰਪੁਰ ਜਿੱਥੇ ਅਸ ਖੜ੍ਹੇ ਹਾਂ। ਇਹਦਾ ਮਹੱਤਵ ਜਿਹੜਾ ਇਸ ਮੇਲ ਦਾ ਕਿ ਜਿਹੜੀ ਸਾਡੀ ਸਡੋਤਰਾ ਬਰਾਦਰੀ ਹੈ ਉਹ ਅੱਜ ਦੇ ਦਿਨ ਆਪਣੇ ਬੱਚਿਆਂ ਦੇ ਮੁੰਨਣ ਔਰ ਰਕਾਦੇ ਜਿਹੜੇ ਨਵੇਂ ਲੋਕ ਸ਼ਾਦੀ ਕਰਦੇ ਨੇ ਉਹ ਇੱਥੇ ਰਕਾਦੇ ਫਿਰਦੇ ਨੇ ਦਾਤੇ ਦਾ ਦੇਰਾ ਔਰ ਇਸ ਮੇਲ ਦੇ ਵੀ ਮਨਾਉਣ ਵਾਸਤੇ ਸਾਡੇ ਕੰਨੇ ਸਾਡੀ ਚਾੜਕ ਬਰਾਦਰੀ ਹੈ ਜਿਹੜੇ ਦਾਤਾ ਦੇਵ ਦੇ ਜਜਮਾਨ ਹੈ। Thank you.
ਦਾਤਾ ਰਣਪਤ ਪ੍ਰੋਤ ਦੀ ਤਿੰਨਾ ਗੱਲ ਸੁਣਾਈ ਤੇ ਦਾਤਾ ਰਣਪਤ ਪ੍ਰੋਤ ਦੀ ਤਿੰਨਾ ਗੱਲ ਪਿਤਾ ਜਿਹਦਾ ਬਾਬਾ ਲੱਦਾ ਹਾ ਦੇਵੀ ਆਲਮਾ ਮਾਈ ਏ ਪਿਤਾ ਜਿਹਦਾ ਬਾਬਾ ਲੱਦਾ ਹਾ ਦੇਵੀ ਆਲਮਾ ਲੱਦੇਗੀ ਮਾਣ ਸਿੰਘ ਨੇ ਰਾਜ ਪ੍ਰੋਤ ਬਣਾਈ ਏ ਲੱਦੇਗੀ ਮਾਣ ਸਿੰਘ ਨੇ ਰਾਜ ਪ੍ਰੋਤ ਬਣਾਈ